ਕੱਲਾ ਕੱਲਾ ਕਮਾਊ ਪੁੱਤ ਹੋਇਆ ਰੱਬ ਨੂੰ ਪਿਆਰਾ। ਕੰਮ ਤੋਂ ਵਾਪਸ ਆ ਰਹੇ ਸੀ, ਗੱਡੀ ਨੇ ਟੱਕਰ ਮਾਰ ਦਿੱਤੀ। ਗੱਡੀ ਵਾਲਾ ਟੱਕਰ ਮਾਰ ਕੇ ਰੁਕਿਆ ਵੀ ਨਹੀਂ, ਇੰਜ ਹੀ ਜ਼ਖਮੀਆਂ ਨੂੰ ਸੜਕ 'ਤੇ ਤੜਫਦਾ ਹੋਇਆ ਛੱਡ ਗਿਆ। ਜਿਸ ਤੋਂ ਬਾਅਦ ਤਿੰਨ ਦੋਸਤਾਂ ਦੇ ਸੱਟਾਂ ਲੱਗੀਆਂ ਅਤੇ ਉਹਨਾਂ ਦੇ ਵਿੱਚੋਂ ਇੱਕ ਜਿਸ ਦੀ ਉਮਰ 19 ਸਾਲ ਸੀ, ਘਰ ਦਾ ਕੱਲਾ ਕੱਲਾ ਕਮਾਊ ਪੁੱਤ ਸੀ, ਪੂਰੇ ਪਰਿਵਾਰ ਦਾ ਬੋਝ ਇਸ 19 ਸਾਲਾਂ ਦੇ ਸੰਦੀਪ 'ਤੇ ਸੀ, ਜਿਸ ਦੀ ਮੌਤ ਹੋ ਗਈ ਹੈ। ਇਸ ਹਾਦਸੇ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ, ਪੂਰੇ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਹੈ, ਕਿਉਂਕਿ ਇਹ ਸੰਦੀਪ ਲੋਕਾਂ ਦੇ ਕਹਿਣ ਮੁਤਾਬਕ ਬਹੁਤ ਹੀ ਬੀਬਾ ਮੁੰਡਾ ਸੀ। ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਘਰ ਅਤੇ ਘਰ ਤੋਂ ਕੰਮ 'ਤੇ ਜਾਂਦਾ ਸੀ ਅਤੇ ਦੇਰ ਰਾਤ ਉਹ ਆਪਣੇ ਤਿੰਨ ਦੋਸਤਾਂ ਦੇ ਨਾਲ ਪਿੰਡ ਤਾੜੋਬਾੜੀ ਦੇ ਕੋਲ ਪੈਸੇ ਦੇਣ ਲਈ ਗਿਆ। ਵਾਪਸ ਆਉਣ ਵੇਲੇ ਮੋਟਰਸਾਈਕਲ ਕਿਸੇ ਗੱਡੀ ਦੇ ਨਾਲ ਟਕਰਾ ਜਾਂਦੀ ਹੈ, ਜਿਸ ਕਰਕੇ ਸੰਦੀਪ ਦੀ ਮੌਤ ਹੋ ਜਾਂਦੀ ਹੈ। ਸੰਦੀਪ ਇਕੱਲਾ ਕਮਾਉਣ ਵਾਲਾ ਸੀ ਘਰ ਦੇ ਵਿੱਚ, ਪੂਰੇ ਪਰਿਵਾਰ ਦਾ ਜਿਹੜਾ ਬੋਝ ਸੀ ਉਹ ਸੰਦੀਪ ਦੇ ਸਿਰ 'ਤੇ ਸੀ, ਪਰ ਸੰਦੀਪ ਹੁਣ ਰੱਬ ਨੂੰ ਪਿਆਰਾ ਹੋ ਗਿਆ ਏ। ਜਿਸ ਤੋਂ ਬਾਅਦ ਪਰਿਵਾਰ ਜਿਹੜਾ ਏ ਬਹੁਤ ਮਾਯੂਸ ਹੋ ਗਿਆ ਅਤੇ ਰੋ ਰੋ ਕੇ ਮਾਂ ਦਾ ਹਾਲ ਬਹੁਤ ਬੁਰਾ ਏ। ਤਾਂ ਦੱਸ ਦਈਏ ਕਿ ਮੁੰਡੇ ਜਿਹੜੇ ਜ਼ਖਮੀ ਹੋਏ ਨੇ, ਸੰਦੀਪ ਦੇ ਦੋਸਤ ਜਿਹੜੇ ਉਸ ਵੇਲੇ ਉਸਦੇ ਨਾਲ ਸੀ, ਉਹਨਾਂ ਦਾ ਕਹਿਣਾ ਹੈ ਕਿ ਸ਼ਾਇਦ ਟਰੈਕਟਰ ਟਰਾਲੀ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰੀ ਗਈ ਹੈ। ਆਓ ਜ਼ਖਮੀਆਂ ਦਾ ਅਤੇ ਪਰਿਵਾਰ ਦਾ ਕੀ ਕਹਿਣਾ ਹੈ ਜਾਣੋ। ਪੈਸੇ ਦੇਣ ਗਿਆ ਸੀ ਕਿਸੇ ਦੇ ਅਤੇ ਅੱਠ ਦੀ ਵਾਰ ਜਾਣ ਕੇ ਬਾਅਦ ਮੌਤ ਹੋ ਗਈ। ਇਹ ਹੋਇਆ ਜੀ ਟੂਲ ਟੈਸ਼ਨ ਦੇ ਅਗਲੇ ਪਾਸੇ ਬਾਈਕਾਂ ਨੇ ਮੋੜ ਸਕੂਲ ਦੇ ਨਾਲ, ਇਹ ਵਾਪਸ ਮੁੜ ਰਿਹਾ ਸੀ, ਗੋਲੀਆਂ ਆ ਰਹੇ ਸੀ। ਇਹ ਗਿਆ ਸੀ ਆਪਣੇ ਦਰੋਪਣੀ, ਉਮਰ ਹੁੰਦੀ 19 ਸਾਲ ਸੀ, ਨਹੀਂ 3 ਜਣੇ ਸੀ, ਬਾਕੀ ਉਹਦੇ ਤਾਂ ਸੱਟਾਂ ਲੱਗੀਆਂ ਦੂਜੇ ਦੀ, ਇੱਕ ਦੇ ਸਿਰ 'ਤੇ ਸੱਟ ਵੱਜੀ ਅਤੇ ਦੋ ਮੁੰਡੇ ਆਏ ਕੁੜੀ ਆ, ਇਹ ਕੰਮ ਤਰਾੜੀ ਕਰਦੇ ਸੀ। ਇਹ ਪਤਾ ਨਹੀਂ ਲੱਗਿਆ ਜੀ, ਜਾਣ ਕੇ ਬਸ ਨਹੀਂ ਪਤਾ ਲੱਗਿਆ, ਪਤਾ ਹੀ ਨਹੀਂ ਜੀ ਹੁਣ ਸਾਨੂੰ ਕਿਹਦੇ 'ਚ ਵੱਜਿਆ ਕਿਹਦੇ 'ਚ ਨਹੀਂ ਵੱਜਿਆ। ਪਿੰਡ ਤੋਂ ਬੜੀ ਪੈਸੇ ਦੇਣ ਗਏ ਸੀ, ਅਸੀਂ ਪੈਸੇ ਦੇ ਕੇ ਵਾਪਸੀ ਆ ਰਹੇ ਸੀ ਅਤੇ ਮੋਟਰਸਾਈਕਲ ਸਪੀਡ ਸੀ, ਟਰਾਲੀ ਦੇ ਵਿੱਚ ਆ ਵੱਜਿਆ, ਪਤਾ ਨਹੀਂ ਲੱਗਿਆ ਕੋਈ ਕੱਖ ਕੋਈ ਮਿੱਟੀ ਮੁੱਟੀ ਪਈ ਹੈ, ਪਤਾ ਨਹੀਂ ਲਾਈਟ ਵੱਜੀ ਹੈ। ਪਿੰਡ ਬੈਕਾਂ ਕੋਲ ਇਹ ਆਪਣੇ ਫਾਇਲ ਕਰੋ ਜੀ, ਫਾਇਲ ਕਰੋ। ਹਾਂ, 3 ਜਣੇ, 2 ਤਾਂ ਗਏ ਸੋਡੀਆਂ ਦੇ, ਕਹਿੰਦੇ ਇੱਕ ਦੀ ਡੈਥ ਹੋ ਗਈ ਅਤੇ ਇੱਕ ਜ਼ਖਮੀ ਆ ਮੁੰਡਾ ਜਿਹੜਾ, ਇੱਕ ਮੈਂ ਚੌਗੜੀ ਪੁਲਾਂ ਨੇ ਕੰਨੇ ਛਲਾਈ ਦੇ, ਜੋ ਕੰਮ ਤੋਂ ਆਏ ਸੀ ਗੰਨੇ ਛਿਲ ਕੇ, ਅਸੀਂ ਦੋਸਤ ਸੀ, ਸਾਨੂੰ ਐਂਬੂਲੈਂਸ ਲੈ ਕੇ 19 ਸਦਾਈ ਸੀ, ਪਹਿਲਾਂ ਪੁਲਿਸ ਵਾਲੇ ਆਏ ਸੀ ਫਿਰ ਉਹਨਾਂ ਐਂਬੂਲੈਂਸ ਸਦਾ ਤੀ, ਮੇਰੇ ਸਿਰ 'ਤੇ ਆ ਇੱਧਰ ਦੋਨੇ ਪੱਟਾਂ ਦੇ, ਨਹੀਂ ਟਰੈਕਟਰ ਟੁੱਟ ਨਹੀਂ ਲੰਘਿਆ, ਟਰੈਕਟਰ ਤਾਂ ਕਹੀਂ ਸਹੀ ਸੀ, ਪਿੱਛੇ ਡਿੱਗ ਪਏ ਸੀ। ਹਾਂ ਹਾਂ, ਪਿੱਛੋਂ ਟਰਾਲੀ ਦੇ ਵਿੱਚ ਵੱਜ। ਇਹ ਮੇਰਾ ਭਤੀਜਾ ਜੀ, ਨਾਲ ਉਹਦੇ ਦੋਸਤ ਹੈਗੇ ਸੀ ਦੋ, ਇਹ ਗਏ ਸੀ ਆਪਣੇ ਪਿੰਡ ਤਰੋਬੜੀ ਗਏ ਸੀ ਜੀ, ਪੈਸੇ ਉੱਥੇ ਦੇਣੇ ਸੀ ਇੰਨਾ, ਇਹ ਗਏ ਸੀ ਰਲ ਕੇ 3 ਜਣੇ, ਇਹ ਆ ਰਹੇ ਸੀ ਹੁਣ ਅਚਾਨਕ ਆਸਾ ਹੋ ਗਿਆ, ਇਹਨਾਂ ਨੂੰ ਪਤਾ ਹੀ ਨਹੀਂ ਕਿ ਕੀ ਵੱਜੀ ਵੱਜੀ ਆ ਕੀ ਨਹੀਂ ਵੱਜੀ, ਇਹ ਟਰਾਲੀ ਤੂੜੀ ਵਾਲੀ ਕਹਿੰਦੇ ਟਰਾਲੀ ਵਿੱਚ ਵੱਜੇ, ਇਹਨਾਂ ਦੇ ਅੱਖਾਂ ਵਿੱਚ ਤੂੜ ਪਈ ਆ, ਇਹਨਾਂ ਨੂੰ ਪਤਾ ਨਹੀਂ ਲੱਗਿਆ ਟਰਾਲੀ ਦੇ ਵਿੱਚ ਜਾ ਵੱਜਿਆ। ਇਹ ਮੇਜਰ ਦਾ ਆਇਆ ਸੀ ਕਿਹੜਾ ਨਾਲ ਮੁੰਡਾ ਡਿੱਗਿਆ ਜੀ, ਉਹਨੇ ਕਰਿਆ ਸੀ ਆਉਂਦਾ ਐਕਸੀਡੈਂਟ ਹੋ ਗਿਆ ਜੀ, ਇਹ ਇੱਕ ਦੀ ਹੋਈ ਸਰ, ਇੱਕ ਦਾ ਆਪਣੇ ਫਰੀਦਕੋਟ ਦਾਖਲਾ ਜੀ, ਤੀਸਰਾ ਇੱਥੇ ਆਪਣੇ ਫਾਇਲ ਹੋਸਪਿਟਲ ਵਿੱਚ ਆ ਜੀ। ਉਹ ਠੀਕ ਆ ਜੀ, ਮੰਗ ਤਾਂ ਸਰਕਾਰ ਨੂੰ ਕਰਨੇ, ਗਰੀਬ ਕਰੇਗਾ ਸਰ, ਕੋਈ ਇਹਨਾਂ ਦਾ ਹੱਕ ਦਿੱਤਾ ਜਾਵੇ। ਹੁਣ ਦੋ ਆ ਇਹਦੇ ਮਾਤਾ ਪਿਤਾ,
ਇੱਕ ਨਾਲ ਛੋਟਾ ਭਾਈ ਆ ਜੀ, ਇਹਨੂੰ ਹੱਕ ਦਿੱਤਾ ਜਾਵੇ ਹੁਣ ਨਾਂਦੇ ਤਾਂ ਕੋਈ ਰਹਿ ਨਹੀਂ ਗਿਆ, ਵੱਡਾ ਸਹੀ ਸੀ ਕੰਮ ਕਰਨ ਵਾਲਾ। ਇਹਦੇ ਨਾਲ ਸਨ ਸੰਦੀਪ ਸਿੰਘ, ਸਨ ਮਨਜੀਤ ਸਿੰਘ ਜੀ, ਜਿਹੜਾ ਫਰੀਦਕੋਟ ਰੈਫਰ ਹੋਇਆ ਉਹਦਾ ਕੀ ਨਾਮ ਸੀ? ਉਹਦਾ ਨਾਮ ਮੇਜਰ ਸਿੰਘ ਆ ਜੀ। ਜਿਹੜਾ ਇੱਥੇ ਗੋਰਾ ਜੀ ਸਿੰਘ ਜੀ, ਹਾਂ ਤਿੰਨੇ ਦੋਸਤ ਆ ਜੀ। ਕੋਈ ਪਿੰਡ ਦੇ? ਹਾਂ ਜੀ, ਇੱਕ ਦੋ ਪਿੰਡ ਆ, ਕੋਡੀਆਂ ਦੇ ਦੋ ਜੀ, ਇੱਕ ਤਰੋਪੜੀ ਦੇ। ਜਿਹਦੀ ਡੈਥ ਹੋਈ ਓਡੀਆਂ ਓਡੀਆਂ ਛੋਟੀ ਓਡੀਆਂ ਦੀ।